ਅਸੀਂ ਜਦ ਅਸੀਂ 16 'ਚ ਚੱਲੇ ਸੀਗੇ ਮੰਡੀ ਗੋਬਿੰਦਗੜ੍ਹ ਤੋਂ ਆਏ ਹਾਂ, ਬਲਦੇਵ ਸਿੰਘ ਮੇਰਾ ਨਾਂ ਹੈ, ਅਤੇ ਉੱਥੇ ਜਦ ਮੈਂ ਫੋਨ ਇੱਦਾਂ ਮੁੱਧਾ ਪਿਆ ਸੀਗਾ, ਮੇਰੀ ਗੱਡੀ 'ਤੇ ਮੈਨੂੰ ਨਿਗਾਹ ਪੈ ਗਿਆ ਚਮਕਿਆ ਸੂਰਜ ਦੀ ਲਿਸ਼ਕੋਰ ਨਾਲ, ਮੈਂ ਮੁੰਡੇ ਨੂੰ ਕਿਹਾ ਮੈਂ ਯਾਰ ਕਿਸੇ ਦਾ ਮੋਬਾਈਲ ਗਿਰਿਆ ਪਿਆ, ਮੈਂ ਗੱਡੀ ਗਬਚਾਲੇ ਲੈ ਕੇ ਇਹਨੂੰ ਕੱਢ ਕੇ ਮੁੰਡੇ ਨੇ ਫੋਨ ਚੱਕ ਲਿਆਂਦਾ, ਚੱਕਿਆ ਤਾਂ ਇਹਦੇ 'ਤੇ ਫੋਨ ਆਇਆ ਅਤੇ ਔਨ ਨਾ ਹੋਇਆ, ਅਤੇ ਮੈਂ ਇਹਦੇ 'ਚੋਂ ਸਿਮ ਕੱਢਿਆ, ਮੈਂ ਕਿਹਾ ਯਾਰ ਫਿਰ ਅਸੀਂ ਜਾ ਕੇ ਫਤਿਹਗੜ੍ਹ ਸਾਹਿਬ ਤੋਂ ਅਗਲਾ ਲੈਣ ਆਊਗਾ ਵੀ ਆਪਾਂ ਹੁਣੇ ਦੇ ਚੱਲੀਏ, ਰੱਖਣਾ ਤਾਂ ਅਸੀਂ ਹੈ ਨਹੀਂ ਸੀਗਾ ਫੋਨ, ਮੈਂ ਇਹਦਾ ਸਿਮ ਕੱਢ ਕੇ ਆਪਣੇ ਫੋਨ 'ਚ ਪਾ ਲਿਆ, ਅਤੇ ਇਹਨਾਂ ਦਾ ਫੋਨ ਆਇਆ ਅਤੇ ਇਹ ਗੱਲ ਕਿਸੇ ਹੋਰ ਨਾਲ ਕਰ ਰਹੇ ਨੇ ਅਤੇ ਸੁਣ ਮੈਨੂੰ ਰਿਹਾ ਸਾਰਾ ਕੁਛ, ਅਤੇ ਬਾਅਦ ਦੇ ਵਿੱਚ ਜਦੋਂ ਗੱਲ ਬੰਦ ਹੋ ਗਈ ਤਾਂ ਮੈਂ ਕੱਟ ਕੇ ਫਿਰ ਦੁਬਾਰਾ ਇਹਨਾਂ ਨੂੰ ਕਾਲ ਕਰੀ, ਮੈਂ ਕਿਹਾ ਜੀ ਤੁਸੀਂ ਕੌਣ ਬੋਲਦੇ? ਕਹਿੰਦੇ ਬਲਵਿੰਦਰ ਸਿੰਘ ਬੋਲਦੇ ਹਾਂ, ਮੈਂ ਕਿਹਾ ਸਰ ਵੀ ਤੁਹਾਡੇ ਕਿਸੇ ਬੰਦੇ ਦਾ ਜਾਂ ਤੁਹਾਡਾ ਮੈਨੂੰ ਫੋਨ ਮਿਲਿਆ ਵੀ ਅਸੀਂ 16 'ਚ ਹਾਂ, ਇਹ ਕਹਿੰਦੇ ਵੀ ਅਸੀਂ ਬਿਜੀ ਬਹੁਤ ਹਾਂ, ਵੀ ਕੋਈ ਨਾ ਮੈਂ ਫ੍ਰੀ ਹੋ ਕੇ ਕਾਲ ਕਰਦਾ, ਅਤੇ ਉਹ ਤੋਂ ਬਾਅਦ 'ਚ ਜਿੰਨੇ ਵੀ ਫੋਨ ਆਉਂਦੇ ਸੀ ਮੈਨੂੰ ਸਾਰੀਆਂ ਗੱਲਾਂ, ਮੈਂ ਫੋਨ ਚੱਕਣ ਲੱਗ ਗਿਆ ਅਤੇ ਮੈਨੂੰ ਸੁਣਨ ਲੱਗ ਗਿਆ, ਮੈਂ ਕਿਹਾ ਯਾਰ ਫੋਨ ਇਹਨਾਂ ਦਾ ਆਈ ਜਾ ਰਿਹਾ, ਵੀ ਇਹ ਕਹਿੰਦੇ ਨੇ ਬਿਜੀ ਬੜੇ ਹਾਂ ਅਸੀਂ, ਵੀ ਕੰਮ ਤਾਂ ਇਹਨਾਂ ਦੀਆਂ ਗੱਲਾਂ ਤਾਂ ਇਹਨਾਂ ਦੀਆਂ ਹੋ ਰਹੀਆਂ ਨੇ ਸਾਰੀਆਂ, ਅਤੇ ਉਹ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਨੂੰ ਮੈਂ ਕਿਹਾ, ਮੈਂ ਕਿਹਾ ਵੀ ਇਹ ਤੁਹਾਡੇ ਮਤਲਬ ਦਾ ਨੰਬਰ ਲੱਗਦਾ, ਵੀ ਇਹ ਤੁਹਾਡੀਆਂ ਹੀ ਗੱਲਾਂ ਸਾਨੂੰ ਸੁਣ ਰਹੀਆਂ ਨੇ ਸਾਰੀਆਂ, ਤੁਹਾਡਾ ਹੀ ਨੰਬਰ ਆਉਂਦਾ, ਜਿਹੜਾ ਵੀ ਤੁਹਾਨੂੰ ਬੰਦਾ ਕਾਲ ਕਰਦਾ ਉਹਦੀ ਇਹਦੇ 'ਤੇ ਕਾਲ ਆ ਰਹੀ ਹੈ, ਅਤੇ ਫਿਰ ਇਹ ਕਹਿੰਦੇ ਵੀ ਸਾਨੂੰ ਉਰੇ ਆ ਕੇ ਕੌਮੀ ਮੋਰਚੇ 'ਤੇ ਮਿਲ ਕੇ ਜਾਓ, ਜਦ ਤੱਕ ਅਸੀਂ ਉਹਨਾਂ ਨਾਲ ਵੀ ਗੱਲ ਕਰ ਚੁੱਕੇ ਸੀ, ਉਹ ਕਹਿੰਦੇ ਮੈਂ DSP ਦੇ ਦਫ਼ਤਰ 'ਚੋਂ ਬੋਲਦਾ ਵੀ ਇਹ ਸਰਕਾਰੀ ਫੋਨ ਹੈ। ਇਨਸਾਫ਼ ਮੋਰਚਾ ਵੱਲੋਂ ਅੱਜ ਇਲਜ਼ਾਮ ਪ੍ਰਸ਼ਾਸਨ ਉੱਪਰ ਗੰਭੀਰ ਲਗਾ ਦਿੱਤੇ ਗਏ ਨੇ ਕਿ ਉਹਨਾਂ ਦਾ ਫੋਨ ਟੈਪ ਕੀਤਾ ਜਾ ਰਿਹਾ ਸੀ, ਆਖਿਰਕਾਰ ਇਹ ਖੁਲਾਸਾ ਕਿਵੇਂ ਹੁੰਦਾ, ਕਿਉਂਕਿ ਬਲਦੇਵ ਸਿੰਘ ਹੋਣਾ ਨੂੰ ਇੱਕ ਮੋਬਾਈਲ ਫੋਨ ਔਨ ਸੜਕ ਮਿਲਦਾ ਜਿਸ ਤੋਂ ਬਾਅਦ ਆ ਸਾਰੀ ਗੱਲਬਾਤ ਅੱਗੇ ਤੁਰਦੀ। ਬਲਦੇਵ ਸਿੰਘ ਮੇਰੇ ਨਾਲ ਮੌਜੂਦ ਹੈ ਕਿ ਆਖਿਰਕਾਰ ਉਹਨਾਂ ਤੱਕ ਫੋਨ ਕਿਵੇਂ ਪਹੁੰਚਦਾ, ਉਹਨਾਂ ਨੂੰ ਕਿਵੇਂ ਮਿਲਦਾ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਵੇਂ ਲੱਗਦਾ ਕਿ ਇਹ ਕੌਮੀ ਇਨਸਾਫ਼ ਮੋਰਚਾ ਦਾ ਫੋਨ ਹੈ, ਅਤੇ ਉਹ ਮੋਰਚੇ 'ਚ ਕਿਵੇਂ ਪਹੁੰਚਣ ਦੀ ਗੱਲਬਾਤ ਕਰ ਲੈਂਦੇ ਹਨ। ਬਲਦੇਵ ਜੀ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਚੰਡੀਗੜ੍ਹ ਆਏ ਸੀਗੇ, 16 'ਚ ਸਾਨੂੰ ਕੰਮ ਸੀਗਾ, ਅਤੇ ਜਦੋਂ ਬਿਆਸ ਵਾਲਿਆਂ ਦੇ ਸਤਸੰਗ ਘਰ ਤੋਂ ਉੱਧਰ ਨੂੰ ਮੁੜਨ ਲੱਗੇ ਅਤੇ ਉੱਥੇ ਫੋਨ ਪਿਆ ਤਾਂ ਮੈਨੂੰ ਲਿਸ਼ਕੋਰ ਪਈ, ਮੈਂ ਕਿਹਾ ਵੀ ਕਿਸੇ ਦਾ ਫੋਨ ਗਿਰਿਆ ਹੋਇਆ, ਮੇਰੇ ਨਾਲ ਮੁੰਡਾ ਬੈਠਾ ਸੀ, ਮੈਂ ਕਿਹਾ ਪੁੱਤ ਫੋਨ ਚੱਕ ਲਿਆ, ਤਾਂ ਚੱਕਿਆ ਤਾਂ ਉਹ ਕਹਿੰਦਾ ਅੰਕਲ ਇਹ ਟੁੱਟਿਆ ਹੋਇਆ ਫੋਨ, ਮੈਂ ਕਿਹਾ ਚੱਲ ਦੇਖ ਲੈਂਦੇ ਜੇ ਕਿਸੇ ਦੀ ਕਾਲ ਆਊਗੀ ਤਾਂ ਆਪਾਂ ਦੇ ਦਿੰਦੇ ਹਾਂ ਵੀ ਵਿਚਾਰਾ ਕੋਈ ਹੈਰਾਨ ਹੋਊਗਾ, ਅਤੇ ਉਹ ਤੋਂ ਬਾਅਦ 'ਚ ਅਸੀਂ ਸਾਨੂੰ ਜਲਦੀ ਸੀ, ਅਸੀਂ 16 'ਚ ਪਹੁੰਚ ਗਏ, ਉੱਥੇ ਜਾ ਕੇ ਉਹ ਫੋਨ ਤਾਂ ਆਉਂਦੇ ਸੀਗੇ ਪਰ ਉਹ ਆਉਣ ਨਹੀਂ ਸੀ ਹੁੰਦਾ, ਮੈਂ ਉਹਦਾ ਸਿਮ ਕੱਢ ਕੇ ਆਪਦੇ ਵਾਲੇ 'ਚ ਫੋਨ 'ਚ ਪਾ ਕੇ ਮੈਂ ਵੀ ਚੱਲ ਕਿਤੇ ਹੋਮ ਹਾਮ ਲਿਖਿਆ ਵਿਆ ਉਹ ਘਰ ਦਾ ਨੰਬਰ ਵੀ ਆਪਾਂ ਉਹਨੂੰ ਕਾਲ ਕਰ ਦਿੰਦੇ, ਉਹ 'ਚੋਂ ਕਾਲ ਕੋਈ ਨਹੀਂ ਨਿਕਲੀ, ਕੋਈ ਨੰਬਰ ਹੀ ਨਹੀਂ ਉਹਦੇ ਵਿੱਚ ਫੀਡ ਹੈਗਾ ਉਹ ਸਿਮ 'ਚ, ਅਤੇ ਜਦ ਬਲਵਿੰਦਰ ਸਿੰਘ ਦਾ ਇਹਨਾਂ ਦਾ ਬਲਵਿੰਦਰ ਸਿੰਘ ਇਹਨਾਂ ਦਾ ਨਾਂ, ਹਾਂਜੀ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਦਾ ਫੋਨ ਆਵੇ ਅਤੇ ਇਹ ਗੱਲ ਹੋਰ ਨਾ ਕਰਨ ਅਤੇ ਫੋਨ ਮੇਰੇ ਕੋਲ ਆ ਜਾਇਆ ਕਰੇ, ਮੈਂ ਕਿਹਾ ਵੀ ਇਹ ਕੋਈ ਫੋਨ 'ਤੇ ਕੋਈ ਗੱਲ ਲੱਗੀ ਹੋਈ ਹੈ, ਵੀ ਜਾਂ ਤਾਂ ਕਿਸੇ ਦਾ ਵੀ ਬਾਹਰੋਂ ਮੁੰਡੇ ਆਉਂਦੇ ਨੇ ਵੀ ਜਾਂ ਤਾਂ ਉਹਨਾਂ ਨੇ ਕਿਹਾ ਵੀ ਆਪਣਾ ਇਕੱਠਾ ਗਰੁੱਪ ਬਣਿਆ ਵੀ ਕਿਤੇ ਰੁਲ ਨਾ ਜਾਈਏ, ਮੇਰੇ ਇੱਦਾਂ ਦੇ ਵਿਚਾਰ ਆਏ ਮਨ ਦੇ ਵਿੱਚ, ਉਹ ਤੋਂ ਬਾਅਦ 'ਚ ਫਿਰ ਮੈਂ ਬਲਵਿੰਦਰ ਸਿੰਘ ਨੂੰ ਆਪਣੇ ਕਾਲ ਤੋਂ ਕਾਲ ਕਰੀ ਵੀ ਮਹਾਰਾਜ ਵੀ ਇਹਦਾ ਫੋਨ 'ਤੇ ਤੁਹਾਨੂੰ ਜਿੰਨੇ ਫੋਨ ਆਉਂਦੇ ਨੇ ਵੀ ਸਾਰੀਆਂ ਕਾਲਾਂ ਉਰੇ ਆ ਰਹੀਆਂ ਨੇ, ਅਤੇ ਫਿਰ ਇਹ ਕਹਿੰਦੇ ਸਾਨੂੰ ਮਿਲ ਕੇ ਜਾਓ, ਅਤੇ ਇਹਨਾਂ ਨੂੰ ਫਿਰ ਮੈਂ ਮੋਰਚੇ 'ਚ ਆਇਆ ਅਤੇ ਇਹਨਾਂ ਨੂੰ ਮੈਂ ਦੱਸੀ ਸਾਰੀ ਕੀਤੀ, ਇਹਨਾਂ ਨੇ ਉਸ ਨੰਬਰ ਉੱਪਰ ਸਾਰੀਆਂ ਜੋ ਬਲਵਿੰਦਰ ਸਿੰਘ ਨੂੰ ਕਾਲ ਇੱਧਰੋਂ ਆ ਰਹੀਆਂ ਸੀਗੀਆਂ ਉਸ ਨੰਬਰ ਉੱਪਰ ਤੁਹਾਡੇ ਕੋਲ ਵੀ ਕਾਲ ਕਰਦਾ ਤੀ ਉਹ ਬਲਵਿੰਦਰ ਸਿੰਘ ਮੇਰੇ ਫੋਨ 'ਤੇ ਆ ਜਾਂਦੀ ਤੀ ਉਹ ਜਿਹਦੀ ਕਾਲ, ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਬਲਵਿੰਦਰ ਸਿੰਘ ਦੀ ਕਾਲਸ ਹੈ? ਬਲਵਿੰਦਰ ਸਿੰਘ ਨਾਲ ਮੇਰੀ ਗੱਲ ਹੋ ਚੁੱਕੀ ਸੀ, ਇਹ ਕਹਿੰਦੇ ਵੀ ਅਸੀਂ ਬਲਵਿੰਦਰ, ਮੈਂ ਕਿਹਾ ਜੀ ਤੁਸੀਂ ਕੌਣ ਬੋਲਦੇ ਹੋ? ਕਹਿੰਦੇ ਬਲਵਿੰਦਰ ਸਿੰਘ ਬੋਲਦੇ ਹਾਂ ਕਿਸਾਨੀ ਇਹਦੇ ਤੋਂ ਕੌਮੀ ਮੋਰਚੇ ਤੋਂ, ਮੈਂ ਕਿਹਾ ਵੀ ਬੰਦੇ ਤਾਂ ਸਾਡੇ ਹੀ ਨੇ ਕਿਉਂਕਿ ਅਸੀਂ ਵੀ ਕੌਮੀ ਮੋਰਚੇ ਵਾਲੇ ਹੀ ਬੰਦੇ ਹਾਂ, ਚਲੋ ਸਾਥੋਂ ਲਿਆਇਆ ਤਾਂ ਨਹੀਂ ਸੀ ਗਿਆ ਮੋਰਚੇ 'ਤੇ, ਪਰ ਸਾਡੇ ਅੰਦਰ ਦਰਦ ਤਾਂ ਘਰਾਂ 'ਚ ਬੈਠਿਆਂ 'ਤੇ ਵੀ ਬਹੁਤ ਜ਼ਿਆਦਾ ਹੈ, ਵੀ ਅਸੀਂ ਗ੍ਰਿਸਤੀ ਬੰਦੇ ਹਾਂ, ਥੋੜ੍ਹੇ ਜਿਹੇ ਕੰਮਾਂ 'ਚ ਉਲਝੇ ਹੋਏ ਹਾਂ, ਸਾਥੋਂ ਨਹੀਂ ਆਇਆ ਗਿਆ, ਪਰ ਚਲੋ ਮਹਾਰਾਜ ਨੇ ਵੀ ਸਾਡੀ ਹਾਜ਼ਰੀ ਲਵਾਈ ਅੱਜ ਪਾਤਸ਼ਾਹ ਨੇ, ਅਤੇ ਉੱਥੋਂ ਫੋਨ ਮਿਲਿਆ ਅਤੇ ਉਹਨਾਂ ਦੀ ਪ੍ਰਸ਼ਾਸਨ ਦੀ ਚੋਰੀ ਫੜੀ ਗਈ, ਅਤੇ ਅਸੀਂ ਹੁਣ ਹੈਂਡ ਓਵਰ ਕਰ ਗਏ ਬਲਵਿੰਦਰ ਸਿੰਘ ਦੇ ਕੋਲ ਫੋਨ, ਅਤੇ ਉਹ ਮੇਰਾ ਸਵਾਲ ਇਹ ਸੀ ਬਲਵਿੰਦਰ ਸਿੰਘ ਦਾ ਤੁਹਾਨੂੰ ਨੰਬਰ ਕਿੱਥੋਂ ਮਿਲਿਆ, ਕਿਉਂਕਿ ਉਹ ਤਾਂ ਉਹਨਾਂ ਨੂੰ ਕਾਲ ਆ ਰਹੀ ਸੀ, ਉਹ ਨੰਬਰਾਂ ਤੋਂ ਕਾਲ ਆ ਰਹੀ ਸੀ? ਬਲਵਿੰਦਰ ਸਿੰਘ ਦੀ ਬਲਵਿੰਦਰ ਸਿੰਘ ਦਾ ਨੰਬਰ ਉਹਦੇ 'ਤੇ ਆ ਜਾਂਦਾ 44 ਵਾਲਾ, ਅੱਛਾ, ਕੋਈ ਵੀ ਬੰਦਾ ਬਲਵਿੰਦਰ ਸਿੰਘ ਨੂੰ ਫੋਨ ਕਰਦਾ ਉਹਦੇ 'ਤੇ ਨਾਲ ਫੋਨ ਉਹਦੇ 'ਤੇ ਆਉਂਦਾ ਉਹ ਸਾਰੇ, ਅੱਛਾ ਉਹ ਬਲਵਿੰਦਰ ਸਿੰਘ ਦਾ ਨੰਬਰ ਸ਼ੋ ਹੁੰਦਾ ਸੀ? ਬਲਵਿੰਦਰ ਸਿੰਘ ਦਾ ਨੰਬਰ ਸ਼ੋ ਹੁੰਦਾ ਸੀ ਉਹਦੇ 'ਤੇ ਫੋਨ 'ਤੇ, ਉਹ ਫਿਰ ਮੇਰੇ ਵਾਲੇ 'ਤੇ ਸ਼ੋ ਹੁੰਦਾ ਸੀ, ਉਹਦੀ ਤਾਂ ਸਕਰੀਨ ਟੁੱਟ ਗਈ, ਉਹਦਾ ਗਿਰ ਕੇ ਸੜਕ 'ਤੇ ਟੁੱਟ ਗਈ ਜਦ ਉਹਦੇ 'ਤੇ ਗੱਡੀ ਦਾ ਟਾਇਰ ਲੰਘ ਗਿਆ, ਕੋਈ ਵੀ ਅਸੀਂ ਤਾਂ ਜਾਂ ਜੀ ਆਪਣੀ ਗੱਡੀ ਦੇ ਵਿਚਾਲੇ, ਬਲਵਿੰਦਰ ਸਿੰਘ ਨੂੰ ਕੋਈ ਵੀ ਕਾਲ ਆਉਂਦੀ ਸੀ ਤਾਂ ਬਲਵਿੰਦਰ ਸਿੰਘ ਦੀ ਕਾਲ ਤੁਹਾਡੇ ਉਸ ਨੰਬਰ 'ਤੇ ਜਿਹੜਾ ਨੰਬਰ ਸੀਗਾ ਉਸ ਨੰਬਰ 'ਤੇ ਚਲੀ ਜਾਂਦੀ ਸੀ? ਚਲੀ ਜਾਂਦੀ ਸੀ, ਉਹਦੇ ਵਿੱਚ ਨੰਬਰ ਕੋਈ ਫੀਡ ਹੈ ਨਹੀਂ ਸੀ, ਮੈਂ ਪਾਇਆ ਸੀ ਆਪਣੇ ਮੋਬਾਈਲ ਦੇ ਵਿੱਚ, ਤਾਂ ਵੀ ਇਹਦੇ ਵਿੱਚ ਕੋਈ ਘਰ ਦਾ ਨੰਬਰ ਹੁੰਦਾ ਕਈ ਵਾਰੀ ਵੀ ਯਾਰ ਅਸੀਂ ਫਿਰ ਉੱਥੋਂ ਮੰਡੀ ਗੋਬਿੰਦਗੜ੍ਹ ਤੋਂ ਜਾਂ
तो मैं भी सानू तो यह चीज़ का कोई फायदा तो है नहीं चाहे तो मिले क्योंकि जे तो दिल च पाप हों भी चल आप चला लाँगे मैं तो आप छोटा फोन चला रखा हो अपने को भी जिदन लैना महाराज ने दवाना है भी उदन आपदा ही लैना किसी का नहीं लैना ना किसी तो मंगना तो ड्राइवरी करते हैं। चलो महाराज ने कृपा करी वो फोन लभ्या फोन वो भी बहुत तो लभ जाते होंगे ने पिछों होम नंबर कढ़ के आप दे दीद पहला भी एक दिन मैं लुधियाने कचहरिया मिलया से मोगे के बंद वो बेचारे मुलापुर दाखा पहुँच गए थे जानू मैं उन्होंने नंबर कढ़िया तो वो वापस आके मेरे तो फोन लै गए थे तो अज ये सड़क पर गिर गया गिरया फिर मिल गया तो इस करके जब मैं बलविंदर सिंह ने कहा मैं तो मोर्चे तो बोलता फिर मैं सोचा भी साडे बंदे का फोन है किसी का उतो बाद जब बलविंदर सिंह जिन्या कॉल आदियाँ थी वो सारिया ये शो हो रही थी तो जब मैं चकता थी बलविंदर सिंह ना गल नहीं थी होंगी बलविंदर सिंह जोड़ा बंदा गल करता थी वो गल सारी मैं सुन रही थी बलविंदर सिंह बंदा आपस की गल कर रहा कर देने हाँ मैं सारा पता लगे भी वो मंदिर च ला लो कुर्सियां हाँ देखो कुर्सियां तुम मंदिर च लाइया हुई ने फिर कहते बलविंदर सिंह कहते मैं पहला निंगा सिंह टेंट का अरेजमेंट करके आया वो औखे होंगे थी ये मैं सारिया गल् मैं सुन लिया सगिया बलविंदर सिंह दिया मतलब पुलिस प्रशासन लग रहा कि यह सारी गल्ला सुन रहा सुनता होगा प्रशासन दा वो कहंदे भी असीं डीएसपी का फोन है ये बाद च जद मुंडे दुए ते गल कर लगा डीएसपी का फोन फिर असीं उहदे ते मैसेज छड्डिया सानू यह टेंशन थी भी असी गोविंदगढ़ भागे भी जां तां फिर सानू दे के जाना पैना है जां फिर अगला लैण आऊगा भी बेचारा किराया लाऊगा भी हुण तां असीं उरी हां हले राइट फिर जब मैनू इन्ना क पता लग्या भी ये मोर्चे दे बंदियां दा संबंध है फिर मैं कहा भी हाजरी भी नाले लग जूगी मोर्चे ते नाले बलविंदर सिंह नू मिल के गल दस्या ये जरूरी है भी गल सैक्रेट गल है तुहानू पुलिस प्रशासन का भी फोन आया सीगा मैनू आया उहदा मुंडे दा कहिंदा डीएसपी दा सरकारी फोन आ मैं कहा भाई मैं मोर्चे ते पहुँच गया भी उरी आ जा हुण उरों आ के लै जा भीरे मैं कहिंदा रखणा थी चाहे एसएसपी दा होवे चाहे डीएसपी दा होवे चाहे मंत्री दा होवे असीं तां रखणा ही नहीं थी फोन ना साडी सोच है रखण दी ते पर सानू आ गल जद देखी भी यार फोन ते गल आउंदी आ भी गल बलविंदर सिंह ना करदा कोई गल साडे नाल हो रही है सारी गल सुन रहे हैं ये चीज़ का फिर मैनू अड लग बहम हो गया भी यार मां साडी कोई मोर्चे की गल लीक आउट हो रही है भी ये मोर्चे च गल दसनी जरूरी है फिर मैं तुहाडा नाम वगैरह नाम बलदेव सिंह है उन्होंने लिखा कोई नंबर वगैरह तुहाडा लिखा लिखा है उन्होंने उहदा इन्हां दा नंबर है मुंडे दे नंबर ते असीं ने मैं जसप्रीत सिंह मैं बाबा जी दे नाल ही सीगा तो मैं उन्होंने नंबर ना सेव करके मैं भी कई बार बंद वट्सअप होर नंबर से चला मैं जो उन्होंने वट्सअप हाए भेजा जद ही मैंने कॉल आ गई केंद्र भी तुम्हें मैसेज किया मैं हाँ जी तुहाडा फोन मिलिया केंद्र हाँ जी असं सरकारी बंदे हैं भी साडा फोन दे दो तुसी कित्ते हो असी क्या भी हुण तां असी मोर्चे च जा रहे हैं भी असी वापसी आते हुए तुहानू फोन दे देने किस नंबर तो कॉल आ रही सानू जिहड़े सरकारी बंदे नंबर मैं वीर जी ने लिखा दिता तो नंबर लिखा दिता मेरे कोल है इस टाइम हाँ जी है किस नंबर तो कॉल आ रही सरकारी बंदा जो कह रहा सीगा एक मिनट जी 98 758 5477 अच्छा इस नंबर तो कॉल आ रही थी कहते भी साडा फोन सरकारी बंदे दा हां कहते मैं गनमैन बोलदा तुसी जिथे कहोगे सी उथे आके लै जन्ने फोन बहुत काले पै गए थे फिर ये तो इन्ने काले पै गए भी सानू रे मोर्चे ते आना भी उन्होंने दुब्बर करता मैं कहा भीरे हुण तां मोर्चे ते जावांगे क्योंकि मैनू पता लग गया भी साडी घर दी कोई गल लीक आउट हो रही है क्योंकि मोर्चा कौम दा मोर्चा है असी कौम दे बंदे आ पंथ दे बंदे आ इस करके सानू यह कौम गल दसनी बहुत जरूरी सी वाहेगुरू जी का खालसा वाहेगुरू जी की फतह लगता नहीं कितने ना कितने पुलिस प्रशासन तुहाडे तक भी पहुँच कर सकदा साडे को तो बहुत आउंदे ने मैं मान साहब की पार्टी का बंदा साडा तो बैल डी टी पुलिस वालों को वाधू है असं ये चीज़ों तो डरते नहीं असं सच्चे हैं सड़क तो फोन मिले साडे मोर्चे की लीक आउट गल आउंदी थी मोर्चे च दसनी जरूरी है सरदार सिमरजीत सिंह मान जिंदाबाद वाहेगुरू जी का खालसा वाहेगुरू कहानी उलझदी हुई दिख रही है मोर्चे च फोन पहुँच चुके पर आखिरकार फोन टैप कौन कर रहा है कि वाकया ही पुलिस प्रशासन के किसी अधिकारी का फोन से जो बलविंदर सिंह होना की गलबात सुन रहा है सवाल ये अपने आप दे च वड्डा है कैमरा परसन प्रीतम के नाल लाशियो नेजा लिबरल टीवी मोहाली।